ਅਸਲਾਮ ਵਾਲੇਕਮ ਦੋਸਤੋ ਅਕੀਮਾ ਜਨਾਬ ਅਕੀਮਾ ਕੀਵੇ ਨਾਲ ਬੜੇ ਹਿਸਾਬ ਸ਼ੁਰੂ ਹੋ ਗਏ ਨੇ ਹੁਣ ਜਨਾਬ ਹੁਣ ਚੀਮਾ ਜਨਾਬ ਹੀਨੋ ਦੇ ਵਾਸਤੇ ਤਾਂ ਲੇਖ ਛੜਿਆ ਨੇ ਆਪਣੇ ਪਿਓ ਨੂੰ ਪਤਨੀਆਂ ਨੇ ਉਹਦੇ ਭੈਣ ਵੀ ਆ ਨਹੀਂ ਹੀਨੋ ਦੇ ਵਿੱਚ ਕੁੱਤੇ ਦੇ ਪੁੱਤਰੇ ਪੜਵੇ ਨੇ ਇਹਦਾ ਮੂੰਹ ਵੇਖੋ ਗਸ਼ਤੀ ਦੇ ਬੱਚੇ ਦਾ ਆ ਭੈਣ ਦਿਆ ਲੋੜਿਆ ਉਹਨਾਂ ਇੰਡੀਆ ਤੇ ਜਾ ਕੇ ਮਠਾਈਆਂ ਖਾਣਾ ਉਹਦੇ ਐਮਬੈਸੀ ਨਾਲ ਮਿਲਣਾ ਜਾ ਕੇ ਗਸ਼ਤੀ ਦੇ ਆ ਬੱਚਿਆ ਕਿਸੇ ਕੁੱਤੇ ਦੇ ਆ ਪੁੱਤਰਾ ਭੈਣ 14 ਮੁਰਗ ਨੂੰ ਵੇਚਣ ਵਾਲਿਆ ਦੱਲਿਆ ਬਲੈਕ ਮਿਲ ਰਾ ਭੈਣ ਚੋਦਾ ਲਾਲ ਲਾਲ ਨਮਕ ਵੇਚਣ ਲੱਗਾ ਹੈਂ ਉਹਤੇ ਮਠਾਈ ਦੀ ਦੁਕਾਨ ਤੇ ਜਾ ਕੇ ਪੈਂਜਾ ਐਮਬੈਸੀ ਦੇ ਬੰਦਿਆ ਨਾਲ ਮਿਲਣਾ ਚੋਰੀ ਕਿਸੇ ਕੁੱਤੇ ਦਾ ਬੱਚਾ ਫਿਰ ਐਮਬੈਸੀ ਵਾਲੇ ਕਹਿੰਦੇ ਗਾਲ੍ਹਾਂ ਕੱਢਦੇ ਨੇ ਐਮਬੈਸੀ ਨਾਲ ਬਹਿ ਗੱਲ ਕਰ ਪੁੱਤਰਾ 10 ਸਰੀ ਨੂੰ ਲੱਗ ਪਤਾ ਜਾਣਗੇ ਪੈਣ ਚ ਜਦ ਤੁਸੀਂ ਚੋਰ ਚੋਰ ਬਾਜ਼ਾਰੀ ਬਣਾਈ ਹੈ ਬਗਾਰ ਦੇ ਬੱਚੇ ਚੋਰੋ ਦੱਲਿਓ ਪੈਣ ਚ ਮਾਵਾਂ ਮਰ ਜਾਂਦੀਆਂ ਨੇ ਵਿਚਾਰੀਆਂ ਤੇ ਉਹਨਾਂ ਦੇ ਪੈਸੇ ਖਾਂਦੇ ਹੋ ਤੇ ਤੂੰ ਪੈਸੇ ਖਾਦੇ ਨ ਆਪਣੀ ਮਾਂ ਦੇ ਇੰਸ਼ੋਰੈਂਸ ਦੇ ਪੈਸੇ ਪੁੱਤਰ ਤੈਨੂੰ ਮੈਂ ਦੱਸਾਂਗਾ ਦਸ ਤਰੀ ਨੂੰ ਮੈਂ ਅਲਾਨ ਕਹਿੰਦੇ ਤੈਨੂੰ ਅੱਜ ਮੈਂ ਕਹਿੰਦੇ ਆ ਸਮਝਿਆ ਸਾਡੀ ਵੀ ਮਾਂ ਮਾਰੀ ਦੀ ਮਾਂ ਹੈ ਭੈਣ ਦੇ ਲੋੜੇ ਜਿਹੜਾ ਤੇਰਾ ਪਿਓ ਗਲੋਟੇ ਨਾ ਐਮਬੈਸੀ ਦੇ ਸਾਬਕਾ ਇਹ ਇਹ ਪੀ ਬੀਸੀ ਦੇ ਵਿੱਚ ਆਇਆ ਸੀ ਇਹ ਉਹਨੂੰ ਅਪਰੋਚ ਕਰ ਰਿਆ ਸੀ ਜਾਂ ਤੂੰ ਹਰਾਮ ਦਾ ਤੇ ਜਾਂ ਫਿਰ ਹੋਰ ਕੋਈ ਹੋਏਗਾ ਹੁਣ ਇਹ ਇਹ ਉਹ ਤੋਂ ਭੈਣ ਚੋਚ ਚੀਵ ਕੇਸ ਬਣ ਕੇ ਆਸੀ ਤੇਰਾ ਪਿਓ ਤੇਰੀ ਮਾਂ ਦਾ ਯੰਦੜ ਭੈਣ ਦਿਆ ਲੜਿਆ ਦੱਲਿਆ ਭੈਣ ਚੋਦਿਆ ਪੁੱਤਰ ਤੁਸੀਂ ਪਾਕਿਸਤਾਨ ਨੂੰ ਬਦਨਾਮ ਕਰ ਛੱਡਿਆ ਗਸ਼ਤੀ ਮਾਂ ਦੇ ਬੱਚੇ ਭੈਣ ਦੇ ਲੜੇ ਫਿਰ ਫੋਨ ਕਰਵਾਉਂਦੇ ਨੇ ਸੱਜਿਓ ਕਬੇ ਮਾਂ ਦੀ ਲੁੱਲ ਤੁਹਾਡੀ ਦੀ ਓ ਦੱਲਿਓ ਭੈਣ ਚੋਦੋ ਉਹ ਜਿਹੜਾ ਤੇ ਅਮਰੀਕਾ ਭੈਣ ਯੁਵਾ ਕੇ ਆਇਆ ਨਾ ਉਹ ਵੀ ਪਤਾ ਸਾਨੂੰ ਜਿਹੜਾ ਅਸਧਨਾ ਰਲ ਕੇ ਤੂੰ ਆਪਣੀ ਭੈਣ ਪੇਸ਼ ਕਰ ਰਿਹਾ ਸਾਨੂੰ ਉਹ ਵੀ ਪਤਾ ਤੇਰੀ ਮਾਂ ਦੀ ਕੁੱਸੇ ਤੇਰੇ ਵੱਡੇ ਚੀਮੇ ਦੀ ਮਾਂ ਦੀ ਲੱਲਣਿਆ ਕੁੱਤਿਆ ਜਿਹੜਾ ਤੂੰ ਭੈਣ ਚ ਪਾਕਿਸਤਾਨ ਦੇ ਲੋਕਾਂ ਨੂੰ ਤੜੀਆਂ ਲੁਵਾਨਾ ਪਿਆ ਨਾ ਭੈਣ ਦਿਆ ਕੁਸਖਾਨਿਆ ਦੱਲਿਆ ਛੋਕਰੀ ਹਵਾ ਭੈਣ ਚੋਂ ਵੱਡਾ ਬਜ਼ਮਾਸ਼ ਵੇਖੋ ਚੀਮਾ ਇਹਦੀ ਮਾਂ ਦੀ ਕੁੱਸੇ ਚ ਲਾਨ ਦੱਲਾ ਭੈਣ ਚੋ ਦੱਲੀ ਕਰਦਾ ਮਾਂ ਨੂੰ ਗੱਲ ਕੱਢਦਾ ਜਿਹੜੀ ਦੁਨੀਆ ਤੇ ਨਹੀਂ ਹੈਗੀ ਦੱਲਿਆ ਤੂੰ ਤੇ ਆਪਣੀ ਮਾਂ ਨੂੰ ਨਹੀਂ ਬਖਸ਼ਿਆ ਭੈਣ ਚੋਦਾ ਉਹਦੇ ਨਾਲ ਰੁਪਏ ਖਾ ਗਿਆ ਕੁੱਤੀ ਦੇ ਆ ਬੱਚਿਆਂ ਤਦੇ ਹਰਾਮ ਦੇ ਤਰ੍ਹਾਂ ਭੈਣ ਚੋ ਹਰਾਮ ਦੇ ਕੱਟੇ ਤਰ੍ਹਾਂ ਮੋਟਾ ਆ ਭੈਣ ਚੋਦਾ ਦੱਲਿਆ ਹੁਣ ਲਾਲ ਨਾਲ ਲਾਲ ਨਮਕ ਦੇ ਬਾਰੋ-ਬਾਰ ਖਾਤੇ ਕਰਨ ਦੇ ਆ ਜਾਲੀ ਕੰਪਨੀ ਬਣਾ ਕੇ ਤੇਰੀ ਭੈਣ ਦੀ ਕਸ ਤੇਰੇ ਵੱਡੇ ਚੀਮੇ ਦੀ ਕਾਉਂਸਲਰ ਕਾਉਂਸਲਰ ਜੀ ਤੇਰੇ ਪੁੱਤਰ ਤਗੜਾ ਹੋਣਾ ਸਮਝਿਆ ਅੰਬੈਸੀ ਦੇ ਬਾਹਰ ਆ ਕੇ ਐਸੀ ਮਾਂ ਤੇਰੀ ਦਿਨ ਲਾਨ ਦੇ ਆਂਗਾ ਯਾਦ ਰੱਖੇਗਾ ਤੂੰ